ਲੁਧਿਆਣਾ ਦੀ ਬਸਤੀ ਜੋਧੇਵਾਲ ਇਲਾਕੇ ਦੇ ਨਜ਼ਦੀਕ ਸੁਭਾਸ਼ ਨਗਰ ਵਿਚ ਇਕ ਮਕਾਨ ਦੀ ਦੀਵਾਰ ਤੇ ਪਲਸਤਰ ਦੇ ਦੌਰਾਨ ਨੇੜਿਓਂ ਲੰਘ ਰਹੀ ਇਕ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੁਪਹਿਰ ਜਦੋਂ ਤਿੰਨ ਮਜ਼ਦੂਰ ਇਕ ਘਰ ਦੀ ਦੂਜੀ ਮੰਜ਼ਿਲ ਤੇ ਕੰਸਟਰਕਸ਼ਨ ਦਾ ਕੰਮ ਕਰ ਰਹੇ ਸਨ, ਉਦੋਂ ਘਰ ਦੀ ਦੀਵਾਰ ਦਾ ਪਲਸਤਰ ਕਰਦਿਆਂ ਇਕ ਮਜ਼ਦੂਰ ਦਾ ਹੱਥ ਕੋਲੋਂ ਲੰਘ ਰਹੀ ਬਿਜਲੀ ਦੇ ਖੰਭੇ ਦੀ ਹਾਈ ਵੋਲਟੇਜ ਤਾਰ ਨਾਲ ਟੱਚ ਹੋ ਗਿਆ, ਜਿਸ ਦੇ ਬਾਅਦ ਉਹ ਇਸ ਦੀ ਚਪੇਟ ਵਿਚ ਆ ਗਿਆ ਤੇ ਉਸ ਨੂੰ ਬਚਾਉਂਦਿਆਂ ਸਤਰੰਜਨ ਵਿਜੇ ਰਾਜੂ ਨਾਮਕ ਤਿੰਨੋਂ ਹੀ ਇੱਕ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਮੁਤਾਬਕ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਮੰਜ਼ਰ ਬੇਹੱਦ ਭਿਆਨਕ ਸੀ। ਜਿਸ ਵਕਤ ਮਜ਼ਦੂਰ ਕਰੰਟ ਦੀ ਚਪੇਟ ਵਿਚ ਆਇਆ ਤਾਂ ਇੱਕ ਜ਼ਬਰਦਸਤ ਧਮਾਕਾ ਹੋਇਆ ਤੇ ਤਿੰਨੇ ਹੀ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਦਾ ਪਤਾ ਚਲਦਿਆਂ ਹੀ ਮ੍ਰਿਤਕ ਮਜ਼ਦੂਰਾਂ ਦੇ ਸਾਥੀ ਮੌਕੇ ਤੇ ਪਹੁੰਚੇ ਅਤੇ ਹੰਗਾਮਾ ਖੜਾ ਕਰ ਦਿੱਤਾ, ਪਰ ਪੁਲਿਸ ਦੇ ਸਮਝਾਉਣ ਬਜਾਉਣ ਤੇ ਉਚਿਤ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਦੇ ਬਾਅਦ ਮਜ਼ਦੂਰਾਂ ਨੂੰ ਸ਼ਾਂਤ ਕੀਤਾ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਨਕਪੁਰੀ ਨਿਵਾਸੀ ਰਾਜੂ ਨਾਮਕ ਵਿਅਕਤੀ ਦਾ ਇਹ ਘਰ ਦੱਸਿਆ ਜਾ ਰਿਹਾ ਜੋ ਉੱਥੇ ਮੌਜੂਦ ਨਹੀਂ ਸੀ। ਪੁਲਿਸ ਨੇ ਮਕਾਨ ਮਾਲਕ ਰਾਜੂ ਦੇ ਖਿਲਾਫ ਕਾਰਵਾਈ ਕਰਦਿਆਂ ਧਾਰਾ 304 ਦੇ ਅਧੀਨ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ। ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਜਿਸ ਮਕਾਨ ਨੂੰ ਬਣਾਉਣ ਦੇ ਦੌਰਾਨ ਇਹ ਹਾਦਸਾ ਹੋਇਆ ਉਹ ਬਿਨਾਂ ਨਕਸ਼ਾ ਪਾਸ ਕਰਵਾਏ ਬਣਾਇਆ ਜਾ ਰਿਹਾ ਸੀ। ਦੂਸਰਾ ਜੋ ਹੈ ਹਮਨੇ ਜੋ ਵਿਕਟਿਮ ਹੈ ਉਨਕੇ ਫੈਮਿਲੀ ਮੈਂਬਰਸ ਕੇ ਬਿਆਨ ਕੇ ਉਪਰ ਹਮ ਐਫ ਆਈ ਆਰ ਰਜਿਸਟਰ ਕਰ ਰਹੇ ਹੈਂ ਅਗੇਂਸਟ ਦੀ ਓਨਰ ਆਫ ਦੀ ਹਾਊਸ ਅੰਡਰ 304 IPC। ਪਰਮਿਸ਼ਨ ਵੋ ਹਮ ਸਭ ਚੈੱਕ ਕਰੇਂਗੇ, ਕਾਰਪੋਰੇਸ਼ਨ ਸੇ ਪਰਮਿਸ਼ਨ, ਬਾਕੀ ਇਲੈਕਟ੍ਰਿਸਿਟੀ ਡਿਪਾਰਟਮੈਂਟ ਸੇ ਪਰਮਿਸ਼ਨ ਵੋ ਸਭ, ਬਟ ਪਰਮਿਟ ਸਾਈ ਦੇਖ ਕੇ ਨੈਗਲੀਜੈਂਸ ਹੈ ਔਰ ਬੰਦੇ ਕੋ ਨੌਲੇਜ ਹੋਣਾ ਚਾਹੀਦਾ ਕਿਉਂਕਿ 11000 ਵੋਲਟ ਕਾ ਹੈ ਤੋ ਦੇਖਣੇ ਮੇਂ ਲਗਤਾ ਹੈ ਕਿ ਬੰਦੇ ਕੋ ਪਤਾ ਥਾ ਕਿ ਇਹ ਖਤਰਨਾਕ ਕਾਮ ਹੈ, ਫਿਰ ਵੀ ਉਸਨੇ ਕਰਵਾਇਆ, ਦੈਟਸ ਵਾਈ ਵੀ ਆਰ ਰਜਿਸਟਰਿੰਗ ਐਫ ਆਈ ਆਰ ਅੰਡਰ 304। ਤੋ ਮਾਲਕ ਕੇ ਸਾਥ ਕੰਟੈਕਟ ਵਗੈਰਾ ਕੀ? ਹਾਂਜੀ, ਮਾਲਕ ਕੇ ਨਾਮ ਸੇ, ਮਾਲਕ ਰਾਜੂ, ਰਾਜੂ ਲੈਮਨ। ਤੋ ਕੰਟੈਕਟ ਕੀਆ ਗਿਆ ਤਾ ਸਰ ਉਸਕੇ? ਅਭੀ ਕਰ ਰਹੇ ਹੈ ਕੰਟੈਕਟ, ਮਾਲਕ ਸੇ ਵੀ ਫਰਾਰ ਹੈ। ਯਾ ਧਾਰਾ ਕੇ ਲਗਾਈ ਜਾਏਗੀ 304 ਮਰਡਰ ਕਾ। ਲੁਧਿਆਣਾ ਤੋਂ ਕੁਲਵੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।